ਮੈਂ
ਮਨ ਪੁੱਤ ਦੇ ਮਿਸਰੇ ਦੋਸ਼ ਪਾਣੇ, ਲੇਕਿਨ ਤਵੱਜੋ ਸਾਰੀ ਚਾਹੀਦੀ ਹੈ। ਕਿਉਂ ਕਿ ਮੁਰਸ਼ਦ ਦੀ ਗੱਲ ਵਾਜ਼ਿਆ ਅਫਜ਼ਾਂ ਵਿੱਚ ਹੋਣ ਸ਼ੁਰੂ ਹੋ ਗਈ। ਬਾਬਾ ਜੀ ਬੁੱਲੇ ਸ਼ਾਹ ਸਰਕਾਰ ਦਾ ਹੁਕਮਾ ਲੈ ਫਰਮਾਉਂਦੇ ਨੇ, ਉਹ ਬੁੱਲੇ ਕਮਲੇ ਲੋਕ ਜਹਾਨ ਦੇ ਤੇ ਬੁੱਲੇ ਫਿਰਦੇ ਸਭ ਸਾਹਮਣੇ ਬੈਠ ਕੇ ਪੀਰ ਆਪਣੇ ਦੇ ਫਿਰ ਵੀ ਪੁੱਛਦੇ ਰਹੇ ਤੇ ਮੁਰਸ਼ਦ ਦੀ ਬਾਰਗਾਹ ਦੇ ਵਿੱਚ ਜਿਹੜਾ ਵੀ ਆਵੇ, ਬਾਬਾ ਜੀ ਆਪਣਾ ਤੇ ਆਪਣਾ ਹੀ ਹੁੰਦਾ ਹੈ, ਜਿਹੜਾ ਗੈਰ ਆਵੇ ਨਾ ਉਹ ਵੀ ਆ ਕੇ ਆਪਣਾ ਹੀ ਬਣ ਜਾਵੇ। ਗੱਲ ਮੈਂ ਤੁਹਾਨੂੰ ਸੱਚੀ ਸੁਣਾ ਲਈ, ਛੱਜਾ ਮਜ਼ਦੂਰ ਜੀ ਗੌਰ ਨਾਲ ਸੁਣ ਲਈ ਗੱਲ। ਆਹ
ਲਓ ਜੀ ਮਲਕਤ ਦਾ ਆਖਰੀ ਸ਼ੇਰ ਪੇਸ਼ ਕਰ ਲੈਂਦਾ ਹਾਂ। ਲੇਕਿਨ ਸਰਕਾ ਮੁਹੰਮਦ ਵਾਲੇ ਮੁਹੰਮਦ ਨਾਲ ਸਾਰਿਆਂ ਅੱਗੇ ਹੱਥ ਬੰਨ ਕੇ ਮਿਹਨਤ ਦੀ ਗਿਲਤ ਜਾਏ ਕਿਹੜੀ ਇਸ ਮਿਸਰੇ ਦਾ ਲੁਤਫ ਸਾਰਿਆਂ ਦਾ ਕਿਉਂਕਿ ਇਮਾਨਦਾਰੀ ਦੀ ਗੱਲ ਚ ਵਕਤ ਤੇ ਮਨਜ਼ੂਰੀ ਸੱਚੀਆਂ ਨੀਤਾਂ ਤੇ ਸੱਚੇ ਸੌਦੇ ਮਿਲਦੇ ਨੇ। ਸੱਚ ਲੈ ਕੇ ਆ ਵੀ ਇਹਨੂੰ ਤੇ ਭਰਪੂਰ ਹੋ ਕੇ ਜਾਈਦਾ ਤੇ ਜੇ ਇੱਥੋਂ ਹੋਰ ਤੇ ਇੱਥੋਂ ਹੋਰ ਹੋ ਕੇ ਆਈਏ ਤੇ ਜਿਹੜਾ ਸੌਦਾ ਜਿਹੜਾ ਮਾਲ ਅਗਲਾ ਵੀ ਹੁੰਦਾ ਨਾ ਉਹ ਵੀ ਰੁੜ ਜਾਂਦਾ। ਸਿਰਫ ਲੁਤਫ ਲੈਣਾ ਮਿਸਰੇ ਦਾ ਸਾਈ ਸ਼ੇਰ ਅਲੀ ਆਬਾਦ ਰਵੇ ਤੇਰਾ ਦੇਸ ਸਾਈ ਸ਼ੇਰ ਅਲੀ ਆਬਾਦ ਰਵੇ ਮਜ਼ਾ ਆਇਆ ਪੀਤਾ ਲਾਇਆ ਦਾ ਤੇਰਾ ਦੇਸ ਸਾਈ ਸ਼ੇਰ ਸਾਈ ਸ਼ੇਰ ਅਲੀ।